ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਸਿਮਰਨਜੀਤ ਕੌਰ ਗਿੱਲ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਸੰਘਰਸ਼ੀ ਜਿਹੜਾ ਕਿਸਾਨੀ ਖੋਲ ਆ ਉਹਦੇ ਸੰਘਰਸ਼ ਦੇ ਵਿੱਚ ਡਟੇ ਹੋਏ ਆ ਆ ਕੁਝ ਜ਼ਰੂਰੀ ਕੰਮ ਕਰਕੇ ਮੈਂ ਅੱਜ ਸਵੇਰੇ ਕੱਲ ਮਤਲਬ ਕੱਲ ਰਾਤੀ ਤੁਰੇ ਸੀਗੇ ਅੱਜ ਸਵੇਰੇ ਵਾਪਸ ਆਈ ਆ ਦੋ ਦਿਨ ਇੱਥੇ ਹੈ ਗਈਆਂ ਤੇ ਦੂ ਬਾਅਦ ਵਿੱਚ ਮੈਂ ਦੁਬਾਰਾ ਫਿਰ ਉੱਥੇ ਸ਼ਾਮਲ ਹੋ ਜਾਵਾਂਗੀ ਆ ਜ਼ਰੂਰੀ ਕੰਮ ਸੀਗੇ ਉਹ ਕਰਕੇ ਤੇ ਆ ਹੁਣ ਮੈਂ ਜਿਹੜੀਆਂ ਦੋ ਚਾਰ ਗੱਲਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਆ ਕਿਉਂਕਿ ਕਾਫੀ ਜਾਣੇ ਨੇ ਕਿ ਮੈਨੂੰ ਵੀ ਲੱਗਿਆ ਕਿ ਮੈਨੂੰ ਇਹ ਗੱਲ ਸਾਂਝੀ ਕਰਨੀ ਚਾਹੀਦੀ ਆ ਆ ਥੋੜਾ ਜਿਹਾ ਜਿਹੜੇ ਮੇਰੇ ਵੀਰ ਆਪਣੇ ਸੰਘਰਸ਼ ਦੇ ਵਿੱਚ ਲੱਗੇ ਆ ਵੀਰ ਭੈਣ ਸਾਰੇ ਜਾਣੇ ਆ ਉੱਥੇ ਨੇ ਜਦ ਦਿੱਲੀ ਦੇ ਕਿਸੇ ਵੀ ਬਾਰਡਰ ਦੇ ਉੱਤੇ ਹੈਗੇ ਨੇ ਸਾਨੂੰ ਨਾ ਜਿੱਦਣ ਭਾਰਤ ਬੰਦ ਆ ਉਸ ਦਿਨ ਸਾਨੂੰ ਥੋੜੇ ਜਿਹ ਚਕੰਨੇ ਰਹਿਣ ਦੀ ਲੋੜ ਆ ਥੋੜੀਆਂ ਖੂਫੀਆ ਰਿਪੋਰਟਸ ਮਿਲੀਆਂ ਨੇ ਜਿਨ੍ਹਾਂ ਦੇ ਅਕੋਰਡਿੰਗ ਇਹ ਭਾਰਤ ਬੰਦ ਆ ਜਿੱਦਣ ਉੱਦਣੇ ਆਪਣੀ ਚਾਲ ਖੇਡਣਗੇ ਇਹਨਾਂ ਨੇ ਜਦੋਂ ਸਾਡੀ ਭਾਰਤ ਬੰਦ ਦੀ ਕਾਲ ਦੇਖੀ ਉਸ ਤੋਂ ਬਾਅਦ ਚਲੋ ਇਹਨਾਂ ਨੇ ਅਗਲੀ ਡੇਟ ਪਾਈ ਹਾਲੇ ਤਾਂ ਆ ਸ਼ਾਇਦ ਹੋਰ ਕਾਫੀ ਮੀਟਿੰਗਸ ਕਰਨਗੇ ਇਦੋਂ ਪਹਿਲਾਂ ਹੀ ਮੰਨਣ ਵਾਲੇ ਹੈ ਨਹੀਂਗੇ ਕਿਉਂਕਿ ਦੋ ਵਿਕਲਪ ਬਚਦੇ ਨੇ ਹੁਣ ਮੋਦੀ ਕੋਲ ਜਾਂ ਸਾਡੀ ਗੱਲ ਮੰਨ ਲਵੇ ਤੇ ਜਾਂ ਫਿਰ ਸਾਨੂੰ ੱੱਕੇ ਦੇ ਨਾਲ ਉਠਾ ਦੇ ਤੇ ਆਪਾਂ ਦੋਨਾਂ ਚੀਜ਼ਾਂ ਲਈ ਪ੍ਰੀਪੇਅਰ ਜੇ ਸਾਨੂੰ ਇਹ ਸਾਡੇ ਤੇ ਹਮਲਾ ਕਰਦਾ ਆ ਜਾਂ ਮਤਲਬ ਸਾਡੇ ਨਾਲ ਵਾਇਲੈਂਸ ਕਰੀਏ ਕਰਦਾ ਆ ਜਾਂ ਨੈਸ਼ਨਲ ਐਮਰਜੈਂਸੀ ਲਾਉਂਦਾ ਆ ਆਪਾਂ ਉਸ ਚੀਜ਼ ਲਈ ਵੀ ਤਿਆਰ ਆ ਸੀ ਡਟੇ ਹੋਏ ਆ ਦੂਜਾ ਇਹ ਚੀਜ਼ਾਂ ਨੂੰ ਹੁਣ ਡਿਲੇ ਕਰਨਗੇ ਆਪਾਂ ਨੂੰ ਸਾਰਿਆਂ ਨੂੰ ਪਤਾ ਆ ਕਿ ਇਹਨਾਂ ਦੇ ਡਿਲੇ ਕਰਨ ਦਾ ਇੱਕੋ ਇੱਕ ਪਰਪਸ ਹੈਗਾ ਆ ਕਿ ਡਿਲੇ ਕਰਨ ਜਿਹਦੇ ਨਾਲ ਜਿਹੜਾ ਕੋਈ ਵੀ ਕਹਿੰਦੇ ਸੰਘਰਸ਼ ਨੂੰ ਲੰਬਾ ਕਰ ਦੋ ਜੇ ਉਹਨੂੰ ਖਰਾਬ ਕਰਨਾ ਹੋਵੇ ਉਹਨੂੰ ਹੈ ਕਿ ਠੰਡ ਤੋਂ ਡਰ ਕੇ ਲੋਕ ਚਲੇ ਜਾਣਗੇ ਪਰ ਖੈਰ ਉਹ ਭਲੇਖੇ ਦੇ ਵਿੱਚ ਉਹਦੇ ਭਲੇਖੇ ਨਿਕਲ ਜਾਣਗੇ ਬੜੀ ਜਲਦੀ ਕਿ ਸਾਡੇ ਲੋਕਾਂ ਦੀ ਤਾਦਾਦ ਸਾਡੇ ਸੰਘਰਸ਼ ਦੇ ਵਿੱਚ ਸ਼ਾਮਲ ਹੋਣ ਵਾਲਿਆਂ ਦੀ ਦਿਨੋਂ-ਦਿਨ ਵੱਧ ਰਹੀ ਆ ਨਾ ਕਿ ਘਟ ਰਹੀ ਆ ਹਜੇ ਤਾਂ ਪੰਜਾਬੀ 2% ਪਹੁੰਚੇ ਆ ਹੋਰ ਭਾਰਤ ਦੇ ਸੂਬਿਆਂ ਤੋਂ ਜਿਹੜੇ ਕਿਸਾਨ ਨੇ ਉੱਥੇ ਪਹੁੰਚ ਰਹੇ ਆ ਕੱਲ ਮੈਂ ਕੁਝ ਵੀਰਾਂ ਨੂੰ ਮਿਲੀ ਸੀ ਜਿਹੜੇ ਯੂਪੀ ਦੇ ਐਕਸਟ੍ਰੀਮ ਬਾਰਡਰ ਨੇਪਾਲ ਦੇ ਕੋਲੋਂ ਪਹੁੰਚੇ ਹੋਏ ਸੀਗੇ ਸੋ ਬੜੇ ਦੂਰੋਂ-ਦੂਰੋਂ ਲੋਕ ਜਿਹੜੇ ਹੈਗੇ ਨੇ ਆਪਣੇ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋ ਰਹੇ ਆ ਤੇ ਆਪਾਂ ਇਸ ਸੰਘਰਸ਼ ਦੇ ਗਵਾਹ ਆ ਆਪਾਂ ਇਸ ਸੰਘਰਸ਼ ਦੇ ਆ ਆਉਣ ਵਾਲੀਆਂ ਨਸਲਾਂ ਨੂੰ ਦੱਸਣਾ ਵੀ ਅਸੀਂ ਇਹਦੇ ਗਵਾਹ ਸੀਗੇ ਬਾਕੀ ਉਹਨੂੰ ਸਾਡੀ ਗੱਲ ਤਾਂ ਮੰਨਣੀ ਪੈਣੀ ਆ ਸੋ ਸਾਡਾ ਡਟੇ ਰਹਿਣਾ ਜ਼ਰੂਰੀ ਆ ਹੋਣਾ ਕਿ ਜਿੱਦਣ ਸਾਡਾ ਭਾਰਤ ਬੰਦ ਉਦੋਂ ਨੇ ਥੋੜੀ ਸ਼ਰਾਰਤ ਕਰ ਸਕਦੇ ਆ ਕਿਉਂਕਿ ਇਹਨਾਂ ਦੀਆਂ ਬਾਕੀ ਸਾਰੀਆਂ ਚਾਲਾਂ ਆਪਾਂ ਫੇਲ ਕਰਤੀਆਂ ਪਹਿਲਾਂ ਇਹਨਾਂ ਨੇ ਆਪਣੇ ਉੱਤੇ ਉਗਰਵਾਦੀ ਹੋਣ ਦਾ ਇਲਜ਼ਾਮ ਲਾਇਆ ਉਹ ਚੀਜ਼ ਆਪਾਂ ਫੇਲ ਕਰਤੀ ਫਿਰ ਇਹਨਾਂ ਨੇ ਕਿਹਾ ਕਿ ਵਾਇਲੈਂਸ ਕ੍ਰੀਏਟ ਕਰਦੇ ਆ ਆਪਾਂ ਉਹ ਚੀਜ਼ ਫੇਲ ਕਰਤੀ ਆਪਾਂ ਸਫਾਈ ਰੱਖ ਰਹੇ ਆ ਸੋਹ ਚੀਜ਼ ਵੀ ਆਪਣੀ ਫੇਲ ਆਪਾਂ ਇਹਨਾਂ ਦੀ ਫੇਲ ਕਰਤੀ ਤੇ ਫਿਰ ਇਹਨਾਂ ਨੇ ਆਪਣੇ ਜਿਹੜਾ ਹੈਗਾ ਆ ਸੰਘਰਸ਼ ਦੇ ਵਿੱਚ ਜਾਣ ਬੁੱਝ ਕੇ ਸ਼ਰਾਰਤੀ ਅੰਸਰ ਵਾੜੇ ਕਾਲ ਗਰਲਸ ਵਾੜੀਆਂ ਗਲਤ ਤਰੀਕੇ ਦੇ ਨਾਲ ਉਹ ਵੀ ਆਪਾਂ ਇਹਨਾਂ ਦੀ ਜਿਹੜੀ ਸੀਗੀ ਉਹ ਬਲਦੇਵ ਸਿੰਘ ਸਿਰਸਾ ਜੀ ਨੇ ਫੜ ਲੇ ਉਹ ਪੁਲਿਸ ਨੂੰ ਦਿੱਤੇ ਉਹ ਕਲੀਅਰ ਵੀ ਹੋ ਗਿਆ ਸੀਗਾ ਸੋ ਉਹ ਚੀਜ਼ ਵੀ ਆਪਾਂ ਇਹਨਾਂ ਦੀ ਫੇਲ ਕਰਤੀ ਫਿਰ ਇਹਨਾਂ ਨੇ ਜਿਹੜਾ ਕਰੋਨਾ ਵਾਲੀ ਨਵੀਂ ਗੇਮ ਖੇਡਣ ਦੀ ਕੋਸ਼ਿਸ਼ ਕੀਤੀ ਖੈਰ ਆਪਾਂ ਕਰੋਨਾ ਟੈਸਟ ਵੀ ਰਿਜੈਕਟ ਕੀਤਾ ਹੁਣ ਇਹਨਾਂ ਦੀ ਜਿਹੜੀ ਚਾਲ ਹੈਗੀ ਆ ਕਿ ਜਿੰਨ ਬੀ ਆਪਣਾ ਜਿੱਦਣ ਭਾਰਤ ਬੰਦ ਆ ਉਦਣ ਇਹ ਆਵਾਜਾਈ ਜਾਣ ਕੇ ਵਧਾਉਣਗੇ ਉਦਣ ਆਪਾਂ ਨੂੰ ਬਹੁਤ ਜ਼ਿਆਦਾ ਸੁਚੇਤ ਰਹਿਣ ਦੀ ਲੋੜ ਆ ਉਦਣ ਸਾਨੂੰ ਚੱਕੰਨੇ ਲੈਣ ਦੀ ਲੋੜ ਆ ਉਦਣ ਹੋ ਸਕਦਾ ਕਈ ਲੋਕ ਆਪਦੇ ਅਨਸਰ ਇਹ ਆਪਣੇ ਵਿੱਚ ਵਾਰੜ ਕੇ ਪੁਲਿਸ ਦੇ ਉੱਤੇ ਪੱਥਰ ਸਿੱਟਣ ਦੀ ਕੋਸ਼ਿਸ਼ ਕਰਨ ਜਾਂ ਮਤਲਬ ਕਿਸੇ ਵੀ ਟਾਈਪ ਦੀ ਹੁੱਲੜਵਾਜੀ ਕਰਨ ਦੀ ਕੋਸ਼ਿਸ਼ ਕਰਨ ਸੋ ਜਿੱਦਣ ਭਾਰਤ ਬੰਦ ਦੀ ਕਾਲ ਆ ਮੇਰੀ ਮੇਰੇ ਵੀਰਾਂ ਨੂੰ ਕਾਜ ਕਰਕੇ ਜਦੋਂ ਵੀ ਆਪਾਂ ਅੰਦੋਲਨ ਦੇ ਵਿੱਚ ਦੇਖਦੇ ਆਂ ਟਰੈਕਟਰ ਇੱਧਰ ਆਉਂਦੇ ਆ ਉੱਧਰ ਆਉਂਦੇ ਆ ਆਪਾਂ ਉਹ ਚੀਜ਼ ਵੀ ਉਦਣ ਬਿਲਕੁਲ ਨਾ ਕਰੀਏ ਆਪਾਂ ਉੱਥੇ ਤੋਰਾ ਫੇਰਾ ਕੋਈ ਵੀ ਚੀਜ਼ ਨਾ ਨਾ ਆਪਾਂ ਕਰੀਏ ਉਦਣ ਆਪਾਂ ਨੂੰ ਇਹਨਾਂ ਚੀਜ਼ਾਂ ਤੇ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਆ ਆਪਾਂ ਤਰੀਕੇ ਨਾਲ ਭਾਰਤ ਬੰਦ ਰਹਿਣ ਦੀ ਏ ਤੇ ਜੇ ਕੋਈ ਤੁਰਿਆ ਫਿਰਦਾ ਆ ਉਹਨੂੰ ਬੜੇ ਪਿਆਰ ਦੇ ਨਾਲ ਆਪਾਂ ਸਮਝਾਈਏ ਠੀਕ ਹੈ ਜੀ ਆਪਾਂ ਉਥੇ ਆਹ ਕੰਮ ਮਤਲਬ ਜਿਹੜਾ ਵੀ ਆਪਣੇ ਇਹਦੇ ਵਿੱਚ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਕੋਈ ਜਿਵੇਂ ਪੱਥਰਵਾਜੀ ਜਾਂ ਉਹ ਜਿਹੀ ਹੁੱਲੜਵਾਜੀ ਕਰਨ ਦੀ ਸੋ ਇਹੋ ਜਿਹੀ ਅੰਸਰਾਂ ਨੂੰ ਇਹ ਆਪਣੇ ਵਿੱਚ ਵਾੜਨ ਦੀ ਕੋਸ਼ਿਸ਼ ਕਰਨਗੇ ਸੋ ਆਪਾਂ ਉਹਨਾਂ ਚੀਜ਼ਾਂ ਤੋਂ ਬਚ ਕੇ ਰਹੀਏ ਤੇ ਇਹ ਦੂਜੀ ਗੱਲ ਕੀ ਆਪਾਂ ਆਪਣੀਆਂ ਮੈਂ ਆਪਣੇ ਆਗੂਆਂ ਨਾਲ ਵੀ ਗੱਲ ਕੀਤੀ ਆ ਕਿ ਇਹ ਧਿਆਨ ਰੱਖਣ ਕਿ ਜਿਹੜੀਆਂ ਭਾਰਤ ਦੀਆਂ ਦੂਜੀਆਂ ਜਥੇਬੰਦੀਆਂ ਆਪਣੇ ਨਾਲ ਹੈਗੀਆਂ ਨੇ ਉਹਨਾਂ ਨੂੰ ਕਹਿਣ ਕਿ ਭਾਰਤ ਦੇ ਵਿੱਚ ਸਹੀ ਤਰੀਕੇ ਨਾਲ ਬੰਦ ਰਹੇ ਪੂਰੇ ਭਾਰਤ ਚ ਬੰਦ ਜ਼ਰੂਰੀ ਆ ਨਹੀਂ ਫਿਰ ਇਹ ਕਹਿਣਗੇ ਕਿ ਕੱਲੇ ਪੰਜਾਬ ਨੂੰ ਤੇ ਹਰਿਆਣੇ ਨੂੰ ਹੀ ਤਕਲੀਫਾ ਬਾਕੀ ਭਾਰਤ ਦੇ ਵਿੱਚ ਤਾਂ ਬੰਦ ਹੈ ਨਹੀਂਗਾ ਸੋ ਇਹ ਚੀਜ਼ਾਂ ਨੇ ਦੋ ਤਿੰਨ ਚੀਜ਼ਾਂ ਜਿਹੜੀਆਂ ਆਪਣੇ ਲਈ ਜ਼ਰੂਰੀ ਆ ਹੁਣ ਆਪਾਂ ਅੱਗੇ ਦੀ ਜਿਹੜੀ ਵਿਉਂਤਬੰਦੀ ਆ ਉਹਦੀ ਗੱਲ ਕਰਦੇ ਆ ਸਾਡੇ ਆਗੂ ਬੜੇ ਸਹੀ ਤਰੀਕੇ ਨਾਲ ਚੱਲ ਰਹੇ ਆ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਕਿ ਸਾਡੇ ਜਿਹੜੇ ਵੀ ਕੁਝ ਸਾਡੇ ਨੌਜਵਾਨ ਆਗੂ ਸੀਗੇ ਮਤਲਬ ਯੂਥ ਦੇ ਵੈਸੇ ਆਗੂ ਕਿਸਾਨ ਆਗੂ ਨਹੀਂ ਯੂਥ ਦੇ ਆਗੂ ਪੰਜਾਬ ਦੇ ਆਗੂ ਜਿਹੜੇ ਥੋੜੀ ਜੀ ਪਹਿਲਾਂ ਮਤਲਬ ਕੁਝ ਬਿਆਨਵਾਜੀ ਚ ਵੀ ਘਰੇ ਹੋਏ ਸੀਗੇ ਕੁਝ ਆਗੂਆਂ ਨੂੰ ਵੀ ਥੋੜਾ ਬਹੁਤ ਮਤਲਬ ਉਹ ਕਰ ਰਹੇ ਸੀਗੇ ਉਰਾ ਪਰ ਸੋ ਅੱਜ ਸਾਰੇ ਹੀ ਇਕੋ ਪਲੇਟਫਾਰਮ ਤੇ ਇਕੱਠੇ ਆ ਸਾਰੇ ਅਸੀਂ ਮੌਕੇ ਦੀ ਨਜਾਗਤ ਨੂੰ ਜਿਹੜੀ ਆ ਸਮਝ ਰਹੇ ਆ ਹੁਣ ਇਸ ਸਮੇਂ ਭਾਰਤ ਨੂੰ ਏਕਤਾ ਦੀ ਲੋੜ ਆ ਸਾਨੂੰ ਸਾਰਿਆਂ ਨੂੰ ਪੋਜ਼ਿਟਿਵ ਹੋ ਕੇ ਰਹਿਣ ਦੀ ਲੋੜ ਆ ਸਹੀ ਤਰੀਕੇ ਨਾਲ ਸਹੀ ਗੱਲਾਂ ਕਰਨ ਦੀ ਲੋੜ ਆ ਉਦੋਂ ਵੀ ਵੱਧ ਮੈਨੂੰ ਖੁਸ਼ੀ ਹੁੰਦੀ ਆ ਕਿ ਮੈਨੂੰ ਪੂਰੇ ਪੰਜਾਬ ਦੇ ਵਿੱਚ ਕੁੜੀਆਂ ਨੇ ਮੈਸੇਜ ਕਰ ਰਹੀਆਂ ਨੇ ਕਿ ਸਾਡਾ ਰਹਿਣ ਦਾ ਅਰੇਂਜਮੈਂਟ ਹੋ ਜੇ ਅਸੀਂ ਕਿਵੇਂ ਆਉਣਾ ਸੋ ਕੁੜੀਆਂ ਵੀ ਜਾਗਰੂਕ ਹੋ ਕੇ ਇਹਦੇ ਵਿੱਚ ਆ ਰਹੀਆਂ ਨੇ ਆਉਣ ਨੂੰ ਤਿਆਰ ਨੇ ਅੱਜ ਵੀ ਬਠਿੰਡੇ ਤੋਂ ਕਾਲ ਆਈ ਸੀਗੀ ਕੁੜੀਆਂ ਦੀ ਵੀ ਅਸੀਂ ਆਉਣਾ ਚਾਹੁੰਦੀਆਂ ਫਿਰ ਮੈਂ ਇਹੀ ਗੱਲ ਕਹਿਣਾ ਚਾਹੁੰਦੀ ਆ ਜਿਹੜੀਆਂ ਵੀ ਕੁੜੀਆਂ ਆਉਣਾ ਚਾਹੁੰਦੀਆਂ ਨੇ ਉਹ ਉੱਥੇ ਪਹੁੰਚਣ ਆਪਣਾ ਪਹੁੰਚ ਕੇ que... ਕਾਲਸੈਟ ਵੀ ਰਹਿਣ ਦਾ ਅਰੇਂਜਮੈਂਟ ਕਰ ਰਹੀ ਆ ਨਹੀਂ ਆਪਾਂ ਜਿੰਨੇ ਸਾਰੇ ਰਹਨੇ ਆ ਆਪਾਂ ਉਥੇ ਕਿਤੇ ਨਾ ਕਿਤੇ ਸਾਰਿਆਂ ਦੀ ਐਡਜਸਟਮੈਂਟ ਹੋ ਸਕਦੀ ਆ ਆਪਾਂ ਨੂੰ ਐਡਜਸਟ ਤਾਂ ਕਰਨਾ ਪਊਗਾ ਸੋ ਪਲੀਜ਼ ਮੇਰੀਆਂ ਭੈਣਾਂ ਵੀ ਉਥੇ ਜ਼ਰੂਰ ਪਹੁੰਚਣ ਜ਼ਰੂਰ ਹਾਜ਼ਰੀ ਲਵਾਉਣ ਰਹਿਣ ਉਥੇ ਮਾਹੌਲ ਦੇਖਣ ਤੁਹਾਨੂੰ ਬਹੁਤ ਕੁਝ ਜਿਹੜਾ ਸਿੱਖਣ ਨੂੰ ਮਿਲੂਗਾ ਅਸੀਂ ਵੀ ਸਿੱਖ ਰਹੇ ਆ ਅਸੀਂ ਫਿਰ ਆਵਾਂਗੇ ਜਦੋਂ ਹੁਣ ਮੈਂ 2 ਦਿਨਾਂ ਬਾਅਦ ਜਦੋਂ ਆਣਾ ਦੁਬਾਰਾ ਫਿਰ ਹੁਣ ਮਤਲਬ ਆਪਣੀ ਜਿਹੜੀ ਸਫਾਈ ਮੁਹਿੰਮਾ ਸਾਡਾ ਫੋਕਸ ਉਸੇ ਪਾਸੇ ਰਹੂਗਾ ਮੇਰੀ ਦੂਜਿਆਂ ਨੂੰ ਵੀ ਅਪੀਲ ਆ ਕਿ ਆਪਾਂ ਆਪਣੀ ਸਫਾਈ ਦਾ ਪੂਰਾ ਧਿਆਨ ਰੱਖਣਾ ਇਹਦੇ ਦੋ ਕਾਰਨ ਆ ਇੱਕ ਤਾਂ ਸੀ ਕਿਸੇ ਨੂੰ ਮੌਕਾ ਨਹੀਂ ਦੇਣਾ ਕਿ ਅਸੀਂ ਆਏ ਸੀਗੇ ਦਿੱਲੀ ਤੇ ਅਸੀਂ ਗੰਦ ਪਾ ਕੇ ਚਲੇ ਗਏ ਦੂਜਾ ਹੈਗਾ ਕਿ ਜੇ ਗੰਦ ਸਾਡੇ ਨੇੜੇ ਤੇੜੇ ਹੋਊਗਾ ਮੱਛਰ ਫੈਲੂਗਾ ਡੇਂਗੂ ਮਲੇਰੀਆ ਸਾਨੂੰ ਹੀ ਹੋਊਗਾ ਜੋ ਸਾਡਾ ਨੁਕਸਾਨ ਕਰੇਗਾ ਡੈਂਗੂ ਮਲੇਰੀਆ ਨਾਲ ਬੁਖਾਰ ਹੋਏਗਾ ਇਹ ਬੁਖਾਰ ਦੇ ਬਹਾਨੇ ਸਾਡੇ ਕਰੋਨਾ ਟੈਸਟ ਕਰਨਗੇ ਸੋ ਇਹ ਚੀਜ਼ਾਂ ਆਪਾਂ ਨੂੰ ਮਤਲਬ ਇੱਕ ਗਲਤ ਪਾਸੇ ਲਿਜਾ ਸਕਦੀਆਂ ਨੇ ਚੰਗੀ ਗੱਲ ਆ ਕਿ ਆਪਾਂ ਇਹਦਾ ਸਹੀ ਤਰੀਕੇ ਨਾਲ ਆਪਾਂ ਯੋਗਦਾਨ ਪਾਈਏ ਦੂਜੀ ਆ ਕਿ ਜੇ ਕਿਸੇ ਨੂੰ ਬਹੁਤ ਜ਼ਿਆਦਾ ਬੁਖਾਰ ਹੋ ਜਾਂਦਾ ਆ ਜ਼ਿਆਦਾ ਬੁਖਾਰ ਆ ਠੀਕ ਹੋਣ ਦਾ ਨਾਂ ਨਹੀਂ ਲੈ ਰਿਆ ਉਹਨਾਂ ਨੂੰ ਇਹੀ ਬੇਨਤੀ ਆ ਕਿ ਉਹ ਆਪਣੇ ਘਰ ਜਾ ਕੇ ਹੋਰ ਮੈਂਬਰ ਨੂੰ ਭੇਜ ਦੇਣ ਕਿਉਂਕਿ ਆਪਣੇ ਬੁਖਾਰ ਦੀ ਆੜ ਦੇ ਵਿੱਚ ਇਹ ਕੋਈ ਬਹਾਨਾ ਨਾਲ ਲੱਭ ਲੈਣ ਆਪਣਾ ਸੋ ਸੋ ਇਹੀ ਬਸ 2-4 ਜਿਹੜੀਆਂ ਬੇਨਤੀਆਂ ਮੈਂ ਕਰਨੀਆਂ ਸੀ ਤੇ ਅਸੀਂ ਸਫਾਈ ਮਹਿੰਮ ਜਾਰੀ ਰੱਖਾਂਗੇ ਬਾਕੀ ਵੀ ਜਾਰੀ ਰੱਖੋ ਤੇ ਹੁਣ ਜੋ ਵੀ ਹੈਗਾ ਆ ਕਿ ਕਰੋ ਮਰੋ ਵਾਲੀ ਗੱਲ ਹੀ ਆ ਹੁਣ મોદી ਜਾਂ ਤਾਂ ਸਾਡੀ ਗੱਲ ਮੰਨੂਗਾ ਠੀਕ ਆ ਜਾਂ ਫਿਰ ਸਾਡੇ ਉੱਤੇ ਉਹੀ ਗੱਲ ਆ ਕਿ ਸਾਡੇ ਤੇ ਜ਼ੋਰ ਅਜਮਾਇਸ਼ ਕਰੂਗਾ ਜਿਵੇਂ ਇਹਨਾਂ ਨੇ ਕਿਹਾ ਕਿ ਆਪਣੇ ਬਜ਼ੁਰਗਾਂ ਤੇ ਬੱਚਿਆਂ ਨੂੰ ਭੇਜ ਦਿਓ ਤੇ ਬਜ਼ੁਰਗਾਂ ਦੇ ਬੱਚਿਆਂ ਨੂੰ ਭੇਜ ਦਿਓ ਦੀ ਗੱਲ ਕਰਕੇ ਇਹ ਜਾਣਬੁੱਝ ਕੇ ਮਤਲਬ ਉਥੇ ਕੋਈ ਨਾ ਕੋਈ ਹੇਰਾਫੇਰੀ ਕਰਕੇ ਜਾਂ ਉਹ ਕਹਿ ਲੋ ਕਿ ਆਪਾਂ ਨੂੰ ਧੱਕੇ ਨਾਲ ਉਠਾਉਣ ਦੀ ਕੋਸ਼ਿਸ਼ ਕਰੂ ਸੋ ਆਪਾਂ ਉਥੇ ਡਟੇ ਰਹਿਣਾ ਆ ਸਿਰਫ 2 ਦਿਨ ਲਈ ਆਈ ਆਂ ਜ਼ਰੂਰੀ ਕੰਮ ਕਰਕੇ ਉਹ ਵੀ ਕਿਉਂਕਿ ਆਬਵੀਅਸ ਜੀ ਗੱਲ ਵਕਾਲਤ ਦਾ ਕੰਮ ਹੈਗਾ ਆ ਆ ਆ ਕਿਸੇ ਦਾ ਜ਼ਰੂਰੀ ਕੇਸ ਦਾ ਕੰਮ ਸੀਗਾ ਜਿਹਦੇ ਕਰਕੇ ਮੈਨੂੰ ਗੁਰਦਾਸਪੁਰ ਜਾਣਾ ਪੈਣਾ ਮੈਂ ਜਿਹਦੇ ਕਰਕੇ ਆਈ ਆ ਇੱਕ ਛੋਟੇ ਬੱਚੇ ਦਾ ਕੇਸ ਆ ਉਹ ਮੇਰੇ ਬਿਨਾ ਹੋਣਾ ਨਹੀਂ ਸੀਗਾ ਸੋ ਇਸ ਕਰਕੇ ਆਉਣਾ ਪਿਆ ਆ ਤੇ ਬਸ ਉਹ ਵਾਲਾ ਨਪਟਾ ਕੇ ਮੇ ਨਾਲ ਦੀ ਨਾਲ ਵਾਪਸ ਆ ਜਾਣਾ ਸੋ ਆਪਾਂ ਸਾਰੇ ਜਣੇ ਨੇ ਰਲ ਕੇ ਡਟੇ ਰਹਿਣਾ ਆ ਹਾਂਜੀ ਬਸ ਸਫਾਈ ਮੁਹੰਮਾ ਜਿਹੜੀ ਉਹ ਆਪਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਸਫਾਈ ਮੁਹਿੰਮ ਜਾਰੀ ਰਹਿਣੀ ਚਾਹੀਦੀ ਆ ਜਾਰੀ ਰੱਖੀ ਵੀ ਹੋਈ ਆ ਆਪਾਂ ਸਫਾਈ ਕਰ ਰਹੇ ਆ ਨੌਜਵਾਨ ਰਾਤ ਨੂੰ ਸਫਾਈ ਕਰਦੇ ਆ ਸਵੇਰੇ ਉਹ ਬਸ ਥੋੜਾ ਜਿਹਾ ਆਪਾਂ ਧਿਆਨ ਰੱਖੀਏ ਕਿ ਆਪਾਂ ਅਸੀਂ ਉਦਣ ਵੀ ਕਿਹਾ ਸੀ ਕਿ ਆਪਣੀ ਟਰਾਲੀ ਤੇ ਦੋ ਬੋਰੀਆਂ ਲਾ ਲਓ ਇੱਕ ਦੇ ਵਿੱਚ ਡਿਸਪੋਜ਼ੇਬਲ ਪਾਈ ਜਾਣੇ ਇੱਕ ਜਿੱਤੇ ਆਪਾਂ ਸਬਜ਼ੀਆਂ ਸਬਜ਼ੀਆਂ ਕੱਟਦੇ ਹਾਂ ਸਾਰੇ ਫਿਰ ਆਪਾਂ ਉਹਦੀ ਜੇ ਸਾਨੂੰ ਇੱਥੇ ਦੀ ਕਹਿ ਰਹੀ ਆ ਨਾ ਵੀ ਦਿੱਲੀ ਸਰਕਾਰ ਕਹਿ ਰਹੀ ਆ ਸਪੋਰਟ ਕਰੀਏ ਤਾਂ ਦਿੱਲੀ ਸਰਕਾਰ ਉੱਥੋਂ ਸਾਡਾ ਕੂੜਾ ਚੁਕਾਵੇ ਜੋ ਜ਼ਰੂਰੀ ਆ ਬਸ ਮੇਰੇ ਵੀਰ ਭੈਣੋ ਆਪਾਂ ਨਾ 8 ਤਰੀਕ ਨੂੰ ਭਾਰਤ ਬੰਦ ਦੇ ਵਿੱਚ ਬਸ ਚੁਕੰਨੇ ਰਹਿਣਾ ਆ ਉਹ ਆਪਣੇ ਵਿੱਚ ਸ਼ਰਾਰਤੀ ਅੰਸਰ ਫੇਰ ਬਾੜਨ ਦੀ ਕੋਸ਼ਿਸ਼ ਕਰਨਗੇ ਤੇ ਆ ਦੂਜੀ ਗੱਲ ਟਵਿੱਟਰ ਦੇ ਉੱਤੇ ਨਾ ਆ ਵਾਲੀ ਜਿਹੜੀ ਖਬਰ ਆ ਉਹ ਬਾਹ ਕੱਟ ਚੱਲ ਰਹੀ ਆ ਕਿ ਇਹਨਾਂ ਨੇ ਗਲਤ ਆਨਸਰ ਆਪਣੇ ਵਿੱਚ ਵਾੜਨ ਦੀ ਕੋਸ਼ਿਸ਼ ਕੀਤੀ ਸੀਗੀ ਸੋ ਨਾ ਇਹ ਟਵਿੱਟਰ ਦੇ ਉੱਤੇ ਆ ਵਾਲੀ ਚੀਜ਼ ਵੀ ਜਿਹੜੀ ਹੈਗੀ ਆ ਪੋਸਟ ਕਰੋ ਜਿਹੜੇ ਵੀ ਨਿਊਜ਼ ਚੈਨਲ ਨੇ ਕਵਰ ਕੀਤੀ ਆ ਉਹ ਵੀ ਚੀਜ਼ਾਂ ਕਵਰ ਕਰੀਏ ਆਪਾਂ ਤੇ ਬਸ ਜੀ ਡਟੇ ਰਹੋ ਡਟੇ ਰਹਿਣਾ ਜ਼ਰੂਰੀ ਆ ਆਪਾਂ ਇਕੱਠੇ ਆ ਸਾਰੇ ਜਣੇ ਡਟੇ ਰਹਾਂਗੇ ਹੁਣ ਤਾਂ ਪੰਜਾਬ ਇੱਕ ਆ ਸਾਰੇ ਜਣੇ ਇੱਕੋ ਪਾਸੇ ਲੱਗੇ ਹੋਏ ਆਂ ਸਾਡੇ ਕੋਈ ਆਗੂ ਵੀ ਕਿਸੇ ਪਾਸੇ ਨਹੀਂ ਜਾਣ ਲੱਗੇ ਜਾਣ ਲੱਗਣਗੇ ਆਪਾਂ ਉਹਨਾਂ ਨੂੰ ਰੋਕ ਲਾਂਗੇ ਗੱਲ ਆ ਕਿ ਜੋ ਮਰਜ਼ੀ ਹੋ ਜੇ ਹੁਣ ਤਾਂ ਕਰੋ ਮਰੋ ਆ ਜੇ ਫੈਸਲਾ ਲੈ ਲੈਣਗੇ ਉਹ ਰੱਦ ਕਰ ਦੇਣਗੇ ਕਾਨੂੰਨ ਪੰਜੋ ਦੇ ਪੰਜੋ ਅਸੀਂ ਆ ਬੜੀ ਖੁਸ਼ੀ ਨਾਲ ਜਿੱਤ ਕੇ ਪੰਜਾਬ ਆ ਜਾਾਂਗੇ ਨਹੀਂ ਫਿਰ ਅਸੀਂ ਉੱਥੇ ਡਟੇ ਹੋਏ ਆ ਜੋ ਉਹਨਾਂ ਨੇ ਸਾਡਾ ਕਰਨ ਉਹ ਕਰ ਲੈਣਗੇ ਤੇ ਬਸ ਸਾਡੀ ਮਜ਼ਦੂਰ ਕਿਸਾਨ ਇਕਤਾ ਜ਼ਿੰਦਾਬਾਦ ਆ ਇੱਕ ਗੱਲ ਹੋਰ ਵੀਰੇ ਚੜ੍ਹਦੀ ਕਲਾ 'ਚ ਰਹਿਣਾ ਆ ਅਸੀਂ ਤਾਂ ਮੌਤ ਨੂੰ ਮੁਖੌਲਾ ਕਰਨ ਵਾਲੇ ਆ ਕਈਆਂ ਨੇ ਕਿਹਾ ਕਿ ਦੇਖੋ ਅਸੀਂ ਠੇਠਾ ਕਰੀ ਜਾਂਦੇ ਆ ਲੌਜੀਕ ਨਾਲ ਗੱਲ ਨਹੀਂ ਕਰਦੇ ਹਨਾ ਜਿਵੇਂ ਜੀ ਕਰਦਾ ਬਸ ਖੁਸ਼ ਰਹੋ ਪਰ ਹੋਸ਼ ਤੋਂ ਕੰਮ ਲੋ ਆਪਾਂ ਕੋਈ ਵੀ ਗਲਤ ਕੰਮ ਨਹੀਂ ਕਰਨਾ ਆਪਾਂ ਕੋਈ ਹੁੱਲੜਬਾਜੀ ਨਹੀਂ ਕਰਨੀ ਪਰ ਆਪਾਂ ਜੋਸ਼ 'ਚ ਰਹਿਣਾ ਆ ਆਪਾਂ ਖੁਸ਼ ਰਹਿਣਾ ਆ ਆਪਾਂ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਸਾਡੀ ਚੜ੍ਹਦੀ ਕਲਾ ਉਹਨਾਂ ਦੇ ਲਈ ਇਹ ਕਹਿ ਲਓ ਕਿ ਉਹਨਾਂ ਦੀ ਮੌਤ ਆ ਸਾਡੀ ਚੜਦੀ ਕਲਾ ਬਸ ਜੀ 8 ਤਰੀਕ ਨੂੰ ਭਾਰਤ ਬੰਦਾ ਧਿਆਨ ਨਾਲ ਰਹਿਣਾ ਤੇ ਹੁੱਲੜਬਾਜੀ ਨਾ ਕਰਨੀ ਤੇ ਨਾ ਕਰਨ ਦੇਣੀ ਹੈ ਚੁੱਕਾ